ਦੋਸਤੋ ਅੱਜ ਅਸੀਂ ਬਣਾ ਰਹੇ ਹਾਂ ਪੋਟੈਟੋ ਫਰੈਂਚ ਫਰਾਈਜ਼। ਘਰ ਦੇ ਵਿੱਚ ਅਸੀਂ ਬੜੇ ਆਸਾਨ ਤਰੀਕੇ ਨਾਲ ਇਹ ਜਿਹੜੇ ਆਲੂ ਦੇ ਸਨੈਕਸ ਹੁੰਦੇ ਨੇ ਇਹ ਰੈਡੀ ਕਰ ਲਵਾਂਗੇ। ਤਾਂ ਤੁਸੀਂ ਮੇਰੇ ਨਾਲ ਰੈਸਪੀ ਨੂੰ ਫੋਲੋ ਕਰਿਓ। ਮੈਂ ਹਾਂ ਤੁਹਾਡਾ ਦੋਸਤ ਬੋਬੀ ਕਲੇਰ। ਤਾਂ ਤੁਹਾਡੇ ਲਈ ਲੈ ਕੇ ਆਇਆ ਅੱਜ ਈਵਨਿੰਗ ਸਨੈਕਸ ਦੇ ਵਿੱਚ ਤੁਸੀਂ ਪੋਟੈਟੋ ਫਰੈਂਚ ਫਰਾਈਜ਼ ਬਣਾ ਸਕਦੇ ਹੋ ਬੜੇ ਆਸਾਨ ਤਰੀਕੇ ਨਾਲ। ਤਾਂ ਕਰਦੇ ਹਾਂ ਆਪਾਂ ਰੈਸਪੀ ਸ਼ੁਰੂ। ਸਭ ਤੋਂ ਪਹਿਲਾਂ ਅਸੀਂ ਦੋਸਤੋ 3 ਆਲੂ ਲਵਾਂਗੇ। ਆਲੂ ਤੁਸੀਂ ਮੀਡੀਅਮ ਸਾਈਜ਼ ਦੇ ਲੈ ਸਕਦੇ ਜੇ। ਆਲੂ ਨੂੰ ਇਸ ਤਰ੍ਹਾਂ ਛਿੱਲੜ ਨੂੰ ਆਪਾਂ ਉੱਪਰੋਂ ਛਿੱਲ ਲਵਾਂਗੇ। ਦੋਸਤੋ ਆਲੂ ਨੂੰ ਛਿੱਲਣ ਤੋਂ ਬਾਅਦ ਆਪਾਂ ਆਲੂਆਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾ ਹੈ, ਕਿਉਂਕਿ ਆਲੂਆਂ ਵਿੱਚ ਸਟਾਰਚ ਕਾਫੀ ਹੁੰਦੀ ਹੈ, ਆਲੂ ਨੂੰ ਕਾਫੀ ਵਾਰੀ ਧੋਣਾ ਪਵੇਗਾ। ਆਲੂ ਨੂੰ ਧੋਣ ਤੋਂ ਬਾਅਦ ਇਸ ਤਰ੍ਹਾਂ ਆਲੂ ਦੇ ਜਿਹੜੇ ਸਰਕਲਸ ਹੈਗੀਆਂ ਗੁਲਾਈਆਂ ਜਿਹੜੀਆਂ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ। ਗੁਲਾਈਆਂ ਕੱਟਣ ਤੋਂ ਬਾਅਦ ਆਲੂ ਜਿਹੜਾ ਹੈਗਾ ਸਕੇਅਰ ਦੀ ਫੋਮ ਵਿੱਚ ਹੋ ਜਾਏਗਾ, ਮਤਲਬ ਇਸ ਤਰ੍ਹਾਂ ਟੇਕੇ ਰੱਖ ਕੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਪੀਸਿਸ ਕੱਟ ਲਵਾਂਗੇ। ਚਾਕੂ ਜਿਹੜਾ ਧਿਆਨ ਨਾਲ ਚਲਾਇਓ, ਉਂਗਲੀ 'ਤੇ ਨਾ ਫਿਰ ਜਾਵੇ। ਹਾਂਜੀ ਹਾਂਜੀ, ਇਸ ਤੋਂ ਬਾਅਦ ਇਸ ਤਰ੍ਹਾਂ ਵੇਖੋ ਲੰਬੇ ਲੰਬੇ ਸਟ੍ਰਿਪਸ ਆਪਾਂ ਕੱਟ ਲਵਾਂਗੇ। ਨਾਲ ਦੇਖੋ ਫਰੈਂਚ ਫਰਾਈਜ਼ ਦਾ ਇਹਨੂੰ ਰੂਪ ਦੇ ਦਿੱਤਾ ਗਿਆ। ਇਸ ਤਰ੍ਹਾਂ ਕੱਟਣ ਤੋਂ ਬਾਅਦ ਦੋਸਤੋ ਅਸੀਂ ਸਾਰੇ ਪੀਸਿਸ ਨੂੰ ਕੱਟ ਲਿਆ। ਉਸ ਤੋਂ ਬਾਅਦ ਆਪਾਂ ਠੰਡੇ ਪਾਣੀ ਦੇ ਵਿੱਚ ਇਹਨਾਂ ਨੂੰ ਆਲੂਆਂ ਨੂੰ ਵਾਸ਼ ਕਰਾਂਗੇ, ਕਿਉਂਕਿ ਇਹਦੀ ਸਟਾਰਚ ਜਿਹੜੀ ਹੋਏਗੀ ਚੰਗੀ ਤਰ੍ਹਾਂ ਨਿਕਲ ਜਾਵੇਗੀ ਵਿੱਚ। ਆ ਦੇਖੋ ਇਸ ਤਰ੍ਹਾਂ ਚੰਗੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ ਇੱਕ ਗਰਮ ਪਾਣੀ ਦੇ ਵਿੱਚ ਥੋੜ੍ਹਾ ਜਿਹਾ ਨਮਕ ਪਾਵਾਂਗੇ। ਉਸ ਤੋਂ ਬਾਅਦ ਗਰਮ ਪਾਣੀ ਦੇ ਵਿੱਚ ਥੋੜ੍ਹਾ ਸਿਰਕਾ ਪਾਵਾਂਗੇ। ਇਸ ਪਾਣੀ ਦੇ ਵਿੱਚ ਤਾਂ ਆਲੂਆਂ ਨੂੰ ਥੋੜ੍ਹਾ ਜਿਹਾ ਚਿਰ ਆਪਾਂ ਮਤਲਬ ਕਿ ਰਿੰਨਣਾ ਹੈ, ਤਾਂ ਕਰਕੇ ਕਿਉਂਕਿ ਆਲੂ ਥੋੜ੍ਹੇ ਜਿਹੇ ਨਰਮ ਹੋ ਜਾਣ, ਕਿਉਂਕਿ ਕੱਚੇ ਆਲੂ ਨੂੰ ਫਰਾਈ ਨਹੀਂ ਕੀਤਾ ਜਾਵੇਗਾ। ਆ ਦੇਖੋ ਹੁਣ ਚੰਗੀ ਤਰ੍ਹਾਂ ਆਪਾਂ ਆਲੂ ਜਿਹੜੇ ਇਹ ਵਿੱਚ ਪਾ ਦੇਵਾਂਗੇ। ਵਿੱਚ ਪਾਉਣ ਤੋਂ ਬਾਅਦ ਆਪਾਂ ਇਸ ਪਾਣੀ ਨੂੰ ਮਿਕਸ ਕਰ ਦੇਵਾਂਗੇ। ਆ ਦੇਖੋ ਮਿਕਸ ਕਰਨ ਤੋਂ ਬਾਅਦ ਜ਼ਿਆਦਾ ਚਿਰ ਨਹੀਂ ਲਗਾਉਣਾ, ਸਿਰਫ ਵੱਧ ਤੋਂ ਵੱਧ ਆਪਾਂ 1 ਮਿੰਟ ਰੱਖਣਾ ਹੈ। ਆ ਦੇਖੋ ਹੁਣ ਮੈਂ ਹੱਥ ਨਾਲ ਫੜ ਕੇ ਦੇਖਾਂਗਾ, ਕਿਉਂਕਿ ਪਾਣੀ ਪਹਿਲਾਂ ਹੀ ਮਤਲਬ ਗਰਮ ਸੀ। ਵੇਖੋ ਹੁਣ ਆਲੂ ਉਸੇ ਵੇਲੇ ਨਰਮ ਹੋ ਗਏ ਪਾਉਂਦੇ ਸਾਰ ਹੀ। ਆ ਦੇਖੋ ਤਕਰੀਬਨ 1 ਮਿੰਟ ਬਾਅਦ ਅਸੀਂ ਆਲੂਆਂ ਨੂੰ ਵਿੱਚੋਂ ਕੱਢ ਦੇਵਾਂਗੇ। ਜਦੋਂ ਦੋਸਤੋ ਆਪਾਂ ਆਲੂਆਂ ਨੂੰ ਗਰਮ ਪਾਣੀ ਵਿੱਚੋਂ ਬਾਹਰ ਕੱਢਾਂਗੇ, ਆਪਾਂ ਇਹਨਾਂ ਨੂੰ 1/2 ਘੰਟੇ ਲਈ ਰੈਸਟ ਕਰਾਂਗੇ, 1/2 ਘੰਟਾ ਨੂੰ ਛੱਡ ਦੇਵਾਂਗੇ। ਉਸ ਤੋਂ ਬਾਅਦ ਇਹਨਾਂ ਨੂੰ ਫਰਾਈ ਕਰਾਂਗੇ। ਉਸ ਤੋਂ ਬਾਅਦ ਗਰਮ ਤੇਲ ਦੇ ਵਿੱਚ ਦੋਸਤੋ ਅਸੀਂ ਆਲੂ ਫਰੈਂਚ ਫਰਾਈਜ਼ ਜਿਹੜੀ ਹੈਗੀਆਂ ਉਹ ਪਾ ਦੇਵਾਂਗੇ। ਇਸ ਤੋਂ ਬਾਅਦ ਦੋਸਤੋ ਇਹਨਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ। ਇਹਨੂੰ ਆਪਾਂ ਸੇਕ ਤੇਜ਼ ਰੱਖਣਾ ਹੈ, ਕਿਉਂਕਿ ਆਲੂਆਂ ਦੇ ਉੱਪਰ ਜਿਹੜੀ ਕ੍ਰਸਟ ਜੀ ਇੱਕ ਬਣ ਜਾਏਗੀ ਨਾ, ਉਹਦੇ ਵਾਸਤੇ ਇਹਨੂੰ ਪਹਿਲੀ ਵਾਰੀ ਫਰਾਈ ਕੀਤਾ ਜਾ ਰਿਹਾ। ਆਲੂਆਂ ਨੂੰ ਅਸੀਂ ਟੋਟਲ 3 ਵਾਰੀ ਫਰਾਈ ਕਰਨਾ ਹੈ। ਆ ਦੇਖੋ ਥੋੜ੍ਹੇ ਜਿਹੇ ਆਲੂ ਦੇ ਉੱਪਰ ਕ੍ਰਸਟ ਬਣ ਗਿਆ, ਤਾਂ ਆਪਾਂ ਆਲੂਆਂ ਨੂੰ ਵਿੱਚੋਂ ਤੇਲ ਵਿੱਚੋਂ ਕੱਢ ਦੇਵਾਂਗੇ। ਇਹਦੇ ਵਾਸਤੇ ਆਪਾਂ ਸਿਰਫ ਰਿਫਾਇੰਡ ਓਇਲ ਹੀ ਯੂਜ਼ ਕਰਨਾ ਹੈ, ਰਿਫਾਇੰਡ ਦਾ ਹੀ ਤੇਲ ਯੂਜ਼ ਕਰਨਾ, ਹੋਰ ਕੋਈ ਸਰਸੋਂ ਜਾਂ ਹੋਰ ਘਿਓ ਵਗੈਰਾ 'ਚ ਨਹੀਂ ਤਲਣਾ ਨੂੰ। ਉਸ ਤੋਂ ਬਾਅਦ ਆਪਾਂ ਆਲੂਆਂ ਨੂੰ ਫਿਰ ਦੁਬਾਰਾ ਪਾਵਾਂਗੇ ਦੂਜੀ ਵਾਰੀ। ਨਾ ਤੁਸੀਂ ਵੇਖੋਗੇ ਦੂਜੀ ਵਾਰੀ ਪਾਉਣ ਤੋਂ ਬਾਅਦ ਵੀ ਸੇਕ ਆਪਾਂ ਤੇਜ਼ ਰੱਖਾਂਗੇ ਅਤੇ ਇਹਨੂੰ ਹਿਲਾਉਂਦੇ ਰਵਾਂਗੇ। ਤਾਂ ਦੋਸਤੋ ਵੇਖ ਰਹੇ ਹਾਂ ਤੁਸੀਂ ਦੂਜੀ ਵਾਰੀ ਆਲੂ ਜਿਹੜੇ ਲਾਲ ਹੋ ਗਏ ਨੇ, ਆਪਾਂ ਇਹਨਾਂ ਨੂੰ ਤੇਲ ਵਿੱਚੋਂ ਕੱਢ ਲਵਾਂਗੇ। ਉਸ ਤੋਂ ਬਾਅਦ ਆਪਾਂ ਫਿਰ 15 ਮਿੰਟ ਰੈਸਟ ਦੇਣ ਤੋਂ ਬਾਅਦ
ਜਿੰਨੇ ਆਲੂ ਸਾਡੇ ਬਚੇ ਉਹਨਾਂ ਨੂੰ ਸਾਰਿਆਂ ਨੂੰ ਫਰੈਂਚ ਫਰਾਈਜ਼ ਦੇ ਰੂਪ ਵਿੱਚ ਆਪਾਂ ਤੇਲ ਦੇ ਵਿੱਚ ਪਾ ਦੇਵਾਂਗੇ। ਹਾਂ ਦੇਖੋ ਇਹਨੂੰ ਚਲਾਉਂਦੇ ਰਹਿਣਾ, ਇਹਨੂੰ ਬਸ ਹੱਥ ਨੂੰ ਖਿਲਾਰਨਾ ਨਹੀਂ ਹੈ, ਹੱਥ ਨੂੰ ਰੋਕਣਾ ਨਹੀਂ ਹੈ। ਹਾਂ ਦੇਖੋ ਹੁਣ ਲਾਲ ਹੋ ਗਏ, ਜਿੰਨੇ ਕੁ ਸਾਨੂੰ ਲਾਲ ਚਾਹੀਦੇ ਉਸ ਹਿਸਾਬ ਨਾਲ ਆਪਾਂ ਲਾਲ ਕਰ ਲੈਂਦੇ। ਲਾਲ ਕਰਕੇ ਆਪਾਂ ਵਿੱਚੋਂ ਇਹਦੇ ਵਿੱਚੋਂ ਤੇਲ ਵਿੱਚੋਂ ਆਪਾਂ ਕੱਢ ਲਵਾਂਗੇ। ਹਾਂ ਦੇਖੋ ਚੰਗੀ ਤਰ੍ਹਾਂ ਸਾਡੇ ਹੁਣ ਫਰੈਂਚ ਫਰਾਈਜ਼ ਬਣ ਕੇ ਬਿਲਕੁਲ ਰੈਡੀ ਹੋ ਗਏ ਨੇ, ਹੁਣ ਇਹ ਰੈਡੀ ਟੂ ਸਰਵ ਹੈਗੇ ਨੇ। ਈਵਨਿੰਗ ਦੇ ਸਨੈਕਸ ਬੜੇ ਆਸਾਨੀ ਨਾਲ ਤੁਸੀਂ ਵੀ ਘਰ 'ਚ ਬਣਾਓ ਜ਼ਰੂਰ। ਆਹ ਦੇਖੋ ਹੁਣ ਕਿੱਡੇ ਵਧੀਆ ਬਣੇ ਨੇ, ਆਹ ਵੇਖੋ ਫਰੈਂਚ ਫਰਾਈਜ਼ ਹੈਗੇ, ਇਹ ਉਸ ਤਰ੍ਹਾਂ ਹੀ ਖਾਣ 'ਚ ਬੜੇ ਸਵਾਦ ਲੱਗਦੇ ਆ। ਬਾਕੀ ਇਹਦੇ ਵਿੱਚ ਆਪਾਂ ਇਹ ਕੋਈ ਨਮਕੀਨ ਜਾਂ ਕੋਈ ਲੂਣ ਮਿਰਚ ਮਸਾਲਾ ਨਹੀਂ ਪਾਇਆ, ਹੁਣ ਆਪਾਂ ਇਹਦੇ ਉੱਪਰ ਲੂਣ ਮਿਰਚ ਮਸਾਲਾ ਪਾਵਾਂਗੇ। ਆਹ ਦੇਖੋ ਸਭ ਤੋਂ ਪਹਿਲਾਂ ਦੋਸਤੋ ਅਸੀਂ ਇਹਦੇ ਉੱਪਰ ਸਫੇਦ ਨਮਕ ਪਾਵਾਂਗੇ, ਆਹ ਦੇਖੋ ਹਲਕਾ ਜਿਹਾ ਚੁੰਡੀ ਕੇ ਨਮਕ ਪਾਵਾਂਗੇ, ਜ਼ਿਆਦਾ ਨਹੀਂ ਪਾਉਣਾ। ਉਸ ਤੋਂ ਬਾਅਦ ਆਪਾਂ ਥੋੜ੍ਹੀ ਜਿਹੀ ਬਲੈਕ ਪੈਪਰ, ਕਾਲੀ ਮਿਰਚ ਬਾਰੀਕ ਪੀਸੀ ਹੋਈ ਉਹ ਵੀ ਉੱਪਰ ਇਹਦੇ ਧੂੜਾਂਗੇ ਥੋੜ੍ਹੀ ਜਿਹੀ। ਉਸ ਤੋਂ ਬਾਅਦ ਥੋੜ੍ਹੀ ਜਿਹੀ ਲਾਲ ਮਿਰਚ ਹਲਕੀ ਜਿਹੀ ਉਹ ਵੀ ਉੱਪਰ ਪਾਵਾਂਗੇ ਇਹਦੇ। ਆਹ ਦੇਖੋ ਇਸ ਤਰ੍ਹਾਂ ਲਾਲ ਮਿਰਚ ਉੱਪਰ ਧੂੜ ਲੈਣੀ ਹੈ ਅਤੇ ਸਾਰਿਆਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਵਾਂਗੇ। ਮਿਕਸ ਕਰਨ ਨਾਲ ਇਹ ਹੋਏਗਾ ਜਿਹੜਾ ਲੂਣ ਮਿਰਚ ਮਸਾਲਾ ਹੈ ਉਹ ਇੱਕ ਇੱਕ ਸਟ੍ਰਿਪ ਤੱਕ ਲੱਗ ਜਾਏਗਾ। ਆਹ ਦੇਖੋ ਸਾਰੀ ਫਰੈਂਚ ਫਰਾਈਜ਼ ਨੂੰ ਆਪਾਂ ਮਿਕਸ ਕਰ ਦੇਣਾ। ਤੁਸੀਂ ਆਵਾਜ਼ ਸੁਣ ਸਕਦੇ ਹੋ ਕਿੰਨੀ ਵਧੀਆ ਆਵਾਜ਼ ਆ ਰਹੀ, ਵੇਖੋ ਕਿੰਨੇ ਕੁਰਕਰੇ ਬਣੇ ਆ। ਆਹ ਜੀ ਜੀ ਬਸ ਤੁਸੀਂ ਵੀ ਬਣਾਓ ਅਤੇ ਸਾਰੇ ਖਾਓ, ਨਾਲੇ ਮੇਰੇ ਚੈਨਲ ਨੂੰ ਵੀ ਕਰੋ ਸਬਸਕ੍ਰਾਈਬ, ਤਾਂ ਤੁਹਾਡੇ ਲਈ ਮੈਂ ਹੋਰ ਵੀ ਨਵੀਂ ਵੀਡੀਓਜ਼ ਲੈ ਕੇ ਆਵਾਂਗਾ। ਇਹ ਪੋਟੈਟੋ ਫਰੈਂਚ ਫਰਾਈਜ਼ ਤੁਸੀਂ ਈਵਨਿੰਗ ਦੇ ਸਨੈਕ ਵਿੱਚ ਜ਼ਰੂਰ ਖਾਓ ਅਤੇ ਮੇਰੀ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੇਰੀ ਰੈਸਪੀ। ਧੰਨਵਾਦ।